साजिश ही हो सकती है कोई जी। इतना बड़ा पीस भाजी हो एक प्लेट ही किवें आएगा मैंने दसो तुसीं। तुहाडी मैं तुहाडी मीट दी दुकान है मैं, तुसीं चार छोटे छोटे पीस, इतना बड़ा पीस किवें आ जावे। ਤੁਸੀਂ ਤਲਾਸ਼ ਪਿਕਚਰ ਦੇਖੀ ਹੋਣੀ, ਉਹ ਬੰਦਾ ਆਉਂਦਾ ਸੀ ਘਰੋਂ ਕੋਕਰੇਜ ਲੈ ਕੇ ਆਉਂਦਾ ਸੀ, ਉਹ ਰੋਟੀ ਰੋਟੀ ਖਾਂਦਾ ਸੀ, ਉਹ ਅਖੀਰ 'ਚ ਕੋਕਰੇਜ ਪਾ ਜਾਂਦਾ ਸੀ। ਜਿਹੜਾ ਬੰਦਾ ਅੰਦਰ ਬਣਾ ਰਿਹਾ ਸਪਲਾਈ ਕਰ ਰਿਹਾ ਉਹਨੂੰ ਇਹ ਨਹੀਂ ਪਤਾ ਵੀ ਚੂਹਾ ਪਾਇਆ ਨਹੀਂ ਪਾਇਆ। ਭਾਈ ਕੈਮਰੇ ਲੱਗੇ ਆ? ਭਾਈ ਕੈਮਰੇ ਨਾ ਲੱਗੇ ਹੁਣ, ਪਲੇਟ ਵੀ ਪਲੇਟ ਤੁਹਾਡੇ ਕੈਮਰੇ ਲੱਗੇ ਆ? ਕੈਮਰੇ ਖਰਾਬ ਕੈਮਰੇ ਹਰ ਇੱਕ ਲੱਗ ਰਿਹਾ ਜੀ। ਨਹੀਂ ਤੁਹਾਡੇ ਪਹਿਲਾਂ ਨਹੀਂ ਲੱਗੇ। ये गल अज की नहीं है, कल की नहीं है, ये गल ढाई तीन महीने पहला दी, तीन साढ़े तीन महीने पहला दी है। एक कस्टमर आए थे, इदा मुंडिया मुंडिया नाल आए थे, खाना खादा, खाने की तरी करके वेटर नाल थोड़ा जा उची नहीं भी गल हुई। प्राइम देख रहे सर, दर्शकों का स्वागत है। दोस्तों दस दिए कि पंजाबी जिहड़े की आ खाण पीण लई मशहूर मन्ने जांदे आ। खाण पीण की गल आवे तो चाहे दूजे राज्यों में जाके सिर्फ खा पी के वापस आने की गल आवे तां भी पंजाबी गुरेज नहीं करते, पर पंजाब के लुधियाना विच खड़े हैं जिते एक मशहूर जिहड़ा कि ढाबा जिहनूं कहिंदे प्रकाश ढाबा, जिहड़ा अपने आप च एक मशहूर आ। मुर्गा होवे बकरा होवे इत्थे नॉन वैज खाण वालिआं दा जे गल करिए तां इत्थे भरमार हमेशा लगी रहिंदी आ। लग्जरियां गड्डियां इत्थे आउंदियां ने ते जे गल करिए तां पोश एरिया दे विचों सब बंदे इत्थे खाण आउंदे, पर बीते दिन एक घटना हुंदी आ, एक व्यक्ति नूं मीट परोसिआ जांदा जिहदे विच एडा चूहा जिहड़ा कि विच मीट दे बणिआ होइआ परोसिआ जांदा, उह वीडियो वी तुहानूं दिखाउंदे आ। पहले तो भाजी सानू अद्धा घंटा टेबल नहीं मिले, अद्धा घंटा सानू पानी नहीं मिले, ठीक है ठीक है। फिर साडा ऑर्डर आया दो घंटे बाद, तीन गिलास मिलने, असीं चार मेंबर हैगे आ, गिलास भी ते फिर तुसीं सानू उल्टा चूहा खवा रहे हो। भाजी तुसीं पैसे कमा रहे हो, तुहाडी जगह ते क्यों ना खड़ के देखिए, ਤੁਸੀਂ ਭਾਜੀ ਪੈਸੇ ਕਮਾ ਰਹੇ ਹੋ। ਅਸੀਂ ਹੁਣ ਚਾਰ ਬੰਦੇ ਆਏ ਆ, ਘੱਟੋ ਘੱਟ 3-4 ਹਜ਼ਾਰ ਦਾ ਖਾਵਾਂਗੇ ਜੀ। ਭਾਜੀ ਮੈਂ ਤਾਂ ਕੁਝ ਕਹਿ ਹੀ ਨਹੀਂ ਰਿਹਾ, ਮੈਂ ਤਾਂ ਇੱਕ ਤਾਂ ਮੰਗ ਬਸ ਇਨਸਾਨ ਨੇ ਇੱਥੇ ਮੈਂ ਨਹੀਂ ਵੀਰੇ, ਸਾਡੇ ਕਿਸੇ ਨੂੰ ਕੁਝ ਹੋ ਜਾਂਦਾ ਉਹਦਾ ਜ਼ਿੰਮੇਦਾਰ ਸੀਗੇ ਤੁਸੀਂ? ਮੈਂ ਤੁਹਾਨੂੰ ਕਹਿਤਾ ਰਿਹਾ ਸਾਡੇ ਨਾਲ ਜ਼ਿੰਦਗੀ 'ਚ ਕਿੰਨੇ ਸਾਲ ਹੋ ਗਏ ਟੱਬਾ ਕਰੀਏ, ਉਹਦਾ ਇੰਸੀਡੈਂਟ ਨਹੀਂ ਹੋਇਆ। ਨਹੀਂ ਨਹੀਂ ਤੁਸੀਂ ਆਪ ਦੱਸੋ ਤੁਸੀਂ ਜ਼ਿੰਮੇਦਾਰ ਹੋ? ਕਿੰਨੇ ਸਾਲਾਂ ਤੋਂ ਆ ਰਹੇ ਜਿੱਦਾਂ ਤੁਸੀਂ ਉਹ ਚੂਹਾ ਦੇਖਿਆ ਕਿ ਐਡਾ ਵੱਡਾ ਚੂਹਾ ਵਿੱਚ ਪਰੋਸਾ ਜਾ ਰਿਹਾ, ਅਤੇ ਕੀ ਇਹ ਸਵਾਲ ਨਹੀਂ ਖੜ੍ਹੇ ਹੁੰਦੇ ਕਿ ਇੱਦਾਂ ਦੇ ਢਾਬਿਆਂ ਦੇ ਵਿੱਚ ਜਿੱਥੇ ਲੋਕ ਆਪਣੀਆਂ ਫੈਮਲੀਆਂ ਲੈ ਕੇ ਆਉਂਦੇ ਆ ਕਿ ਅਸੀਂ ਵਧੀਆ ਜਗ੍ਹਾ 'ਤੇ ਆਪਣੀ ਫੈਮਲੀ ਨੂੰ ਖਾਣਾ ਖਿਲਾਵਾਂਗੇ, ਉੱਥੇ ਆ ਕੇ ਜਦੋਂ ਵਿੱਚ ਇੱਦਾਂ ਦੀ ਗੱਲਬਾਤ ਨਿਕਲਦੀ ਆ ਤਾਂ ਕੀ ਦਿਲ ਨੂੰ ਦੁੱਖ ਨਹੀਂ ਪਹੁੰਚਦਾ? ਲੋਕ ਵੀ ਆਏ ਸੀ, ਉਹ ਨਹੀਂ ਗੱਲ ਕਰ, ਬਾਈ ਜੀ ਖਾਣ ਪੀਣ ਆਏ ਸੀ ਇੱਥੇ, ਬਾਈ ਜੀ ਬੀਤੇ ਦਿਨ ਇੱਥੇ ਤੁਸੀਂ ਆਪਣੀ ਵਧੀਆ ਗੱਡੀ ਲਗਜ਼ਰੀ ਗੱਡੀ 'ਚ ਆਇਓ, ਵਧੀਆ ਜਗ੍ਹਾ ਖਾਣ ਆਇਓ, ਜੇ ਇੱਦਾਂ ਦੇ ਜਦੋਂ ਚੂਹੇ ਨਿਕਲਦੇ ਵਿੱਚ ਜਾਂ ਕੋਈ ਇੱਦਾਂ ਦੇ ਕਈ ਵਾਰ ਛਿਪਕਲੀਆਂ ਨਿਕਲਦੀਆਂ ਕਿ ਇਹਨਾਂ ਦਾ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਕਿਸੇ ਪ੍ਰਤੀ? ਨਹੀਂ ਬਿਲਕੁਲ, ਜਦੋਂ ਫੂਡ ਦੇ ਰਹੇ ਨੇ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਆ। ਜੀ ਜੀ ਜੀ, ਅਸੀਂ ਤਾਂ ਫਸਟ ਟਾਈਮ ਆਏ ਸੀ ਖਾਣ, ਸਾਨੂੰ ਹੁਣ ਪਤਾ ਲੱਗਿਆ ਕਿ ਇਹਨਾਂ ਦੇ ਚੂਹਾ ਨਿਕਲਿਆ ਫੂਡ 'ਚੋਂ, ਹਾਂਜੀ ਨਹੀਂ ਖਾਵਾਂਗੇ। ਇਹਨਾਂ ਦਾ ਇੱਕ ਆਪਣਾ ਨਾਮ ਸੁਣ ਕੇ ਆਏ ਸੀ? ਜੀ ਬਿਲਕੁਲ ਜੀ ਬਿਲਕੁਲ, ਨਾਮ ਸੁਣ ਕੇ ਆਏ। ਨਾਮ ਜਿਹੜਾ ਹੁਣ ਸੁਣਿਆ ਕਹਿੰਦਾ ਉੱਚੀ ਦੁਕਾਨ ਫੀਕੀ ਪਕਵਾਨ, ਉਹੀ ਬਾਤ ਸਹੀ ਹੋ ਗਈ ਹੈ, ਉਹੀ ਗੱਲ ਨਾ ਜੀ। ਪਰ ਜਦੋਂ ਚੂਹਾ ਨਿਕਲਿਆ ਹੋਵੇ ਜਿਨ੍ਹਾਂ ਨੇ ਨਿਕਲਿਆ, ਉਹਨਾਂ ਦੇ ਦਿਲ 'ਤੇ ਕੀ ਬੀਤ ਦਿਓਗੀ ਜਿਹੜਾ ਆਪਣੇ ਆਪ ਨੂੰ ਫੈਮਲੀ ਨੂੰ ਵਧੀਆ ਜਗ੍ਹਾ ਰੋਟੀ ਖਵਾਉਣ ਲੈ ਕੇ ਆਏ ਸੀ? ਉਹ ਤਾਂ ਹੁਣ ਜੀ ਉਹਨਾਂ ਨੂੰ ਪੁੱਛਿਆ ਜਾਣੀ ਹੈ ਵਿਚਾਰਿਆਂ ਦਾ, ਜਿਹੜਾ ਅਗਲਾ ਮਾਣ ਕਰਕੇ ਆ ਵੀ ਉਹਦੇ ਪ੍ਰਕਾਸ਼ ਢਾਬੇ ਵਧੀਆ ਫੂਡ ਮਿਲਦਾ। ਬਿਲਕੁਲ ਜੀ ਬਿਲਕੁਲ। ਲਓ ਜੀ ਕਿੰਨੇ ਸਾਲ ਪੁਰਾਣਾ ਹੈ ਢਾਬਾ? ਇਹ 50 ਕੁ ਸਾਲ ਹੋ ਗਏ। 50 ਸਾਲ ਪੁਰਾਣਾ ਜੀ। ਮਾਜੀ ਪਿੱਛੇ ਵੀ ਇੱਕ ਜਿਹੜਾ ਕੀ ਹੈ ਲੁਧਿਆਣੇ ਦੇ ਨਾਮੀ ਜਿਹੜਾ ਢਾਬਾ ਉੱਥੇ ਆਇਆ ਸੀ ਕਿ ਕਹਿੰਦੇ ਕੁੱਤਿਆਂ ਦਾ ਮੀਟ ਕੱਟ ਕੇ ਖਿਲਾਉਂਦੇ ਆ। ਸ਼ਹਿਰ 'ਚ ਕੁੱਤੇ ਗਾਇਬ ਹੋਣ ਲੱਗ ਗਏ ਸੀ, ਕੁੱਤਿਆਂ ਦਾ ਜਦ ਦੇਖਿਆ ਉਸ ਏਰੀਏ ਵਿੱਚ ਕੁੱਤੇ ਕਿਉਂ ਗਾਇਬ ਹੋ ਰਹੇ ਆ, ਪਤਾ ਲੱਗਿਆ ਸੀ ਵੀ ਉੱਥੇ ਕੁੱਤੇ ਵੱਢ ਕੇ ਜਿਹੜਾ ਬੱਕਰੇ ਜਗ੍ਹਾ ਕੁੱਤਾ ਖਿਲਾਇਆ ਜਾਂਦਾ ਸੀ, ਪਰ ਇੱਕ ਨਵਾਂ
ਇੱਥੇ ਆਇਆ ਵੀ ਪਿੱਛੇ ਜੇ ਇੱਕ ਜਗ੍ਹਾ ਦੇ ਵਿੱਚ ਕਿਰਲੀ ਨਿਕਲੀ ਸੀਗੀ ਹੋਟਲ ਦੇ ਵਿੱਚ। ਭਾਜੀ ਗੱਲ ਹੈ ਵੈਸੇ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ, ਦੇਖੋ ਮੈਂ ਜਿਹੜੀ ਵੀਡੀਓ ਸਾਫ਼ ਦੇਖਦਾ ਵੀ ਬਣਿਆ ਬਣਾਇਆ ਨਜ਼ਰ ਆ ਰਿਹਾ, ਸਾਜਿਸ਼ ਵੀ ਹੋ ਸਕਦੀ ਹੈ ਕੋਈ ਜੀ। ਇੰਨਾ ਵੱਡਾ ਪੀਸ ਭਾਜੀ ਉਹ ਇੱਕ ਪਲੇਟ ਕਿਵੇਂ ਆਏਗਾ ਮੈਨੂੰ ਦੱਸੋ ਤੁਸੀਂ, ਤੁਹਾਡੀ ਮੀਟ ਦੀ ਦੁਕਾਨ ਹੈ, ਤੁਸੀਂ ਚਾਰ ਛੋਟੇ ਛੋਟੇ ਪੀਸ, ਇੰਨਾ ਵੱਡਾ ਪੀਸ ਤੁਸੀਂ ਕਿਵੇਂ ਆ ਜਾਵਾ ਸਾਜਿਸ਼ ਦੇ ਵਿੱਚ? ਜ਼ਿੰਮੇਦਾਰ ਕੌਣ ਹੈ? ਜ਼ਿੰਮੇਦਾਰੀ ਚਲੋ ਗੱਡੇ ਹੋਸਦਾ ਉਹਨਾਂ ਦੀ, ਉਹਨਾਂ ਜਿਸ ਬੰਦੇ ਨੇ ਪੈਸਾ ਖਰਚਣਾ ਉਹ ਤੁਹਾਡਾ ਜ਼ਿੰਮੇਦਾਰ ਨੇ। ਇਹ ਕਹਿੰਦੇ 2-3 ਮਹੀਨੇ ਉੱਥੇ ਲੜਾਈ ਹੋਈ ਸੀ ਇੱਕ, ਉਹ ਹੋਸਦਾ ਉਹਨਾਂ ਦੀ ਕੋਈ ਸਾਜਿਸ਼ ਨਾ ਹੋਵੇ। ਮੈਂ ਕਹਿੰਦਾ ਜੀ ਬੇਸ਼ੱਕ ਆ, ਪਰ ਜ਼ਿੰਮੇਦਾਰੀ ਕਿਹੜੀ ਬਣਦੀ ਹੈ ਜਿਹੜਾ ਸਾਜਿਸ਼ ਮੇਰੀ ਤੁਹਾਡੀ ਆ, ਜਿਹੜਾ ਪਿੱਛੇ ਖਾਣਾ ਖਾਣਾ ਹੈ ਉਹਨਾਂ ਦੀ ਗਾਈ ਸਾਜਿਸ਼ ਭਾਈ? ਗੱਲ ਹੈ ਨਾ, ਉਦੋਂ ਭੈਣੋ ਪਿੱਛੇ ਮਰਿਆ ਲੈ ਕੇ ਆਏ ਹੋ, ਦੇਖਣਾ ਕਿ ਨਹੀਂ ਦੱਸਦੇ ਹੋ ਸੀ ਭਾਜੀ? ਦੇਖ ਜਦੋਂ ਉਹਨਾਂ ਨੇ ਜਦੋਂ ਬੈਠੇ ਉਸ ਤੋਂ ਬਾਅਦ ਪਾਤਾ ਹੋਇਆ ਕੀ ਕਰ ਸਕਦੇ ਹਾਂ ਅਸੀਂ? ਪਰ ਉਹ ਅਸੀਂ ਪਿਕਚਰ ਦੇਖੀ ਸੀ ਭਾਜੋ, ਪਰ ਉਹ ਗ੍ਰੇਵੀ ਬਣੀ ਤਾਂ ਨਹੀਂ? ਤੁਸੀਂ ਤਲਾਸ਼ ਪਿਕਚਰ ਦੇਖੀ ਹੋਣੀ, ਉਹ ਬੰਦਾ ਆਉਂਦਾ ਸੀ ਘਰੋਂ ਕੋਕਰੀ ਲੈ ਕੇ ਆਉਂਦਾ ਸੀ, ਉਹ ਰੋਟੀ ਰੋਟੀ ਖਾਂਦਾ ਸੀ ਉਹ ਅਖੀਰ 'ਚ ਕੋਕਰੀ ਪਾ ਜਾਂਦਾ ਸੀ। ਸੋ ਜਾਣੀ ਕਿ ਕਹਿਣ ਦਾ ਮਤਲਬ ਤੁਹਾਡੀ ਪਿੱਛੇ ਹੋ ਸਕਦਾ, ਕੁਛ ਵੀ ਹੋ ਸਕਦਾ, ਮੈਂ ਨਹੀਂ ਕਹਿ ਸਕਦਾ, ਇਹਨਾਂ ਦੀ ਕਸੂਰ ਹੈ ਤੁਹਾਡਾ ਢਾਬਾ ਜੀ, ਤੁਹਾਡਾ ਪਰ ਕਹਿ ਢਾਬਾ ਭਾਜੀ ਕੱਲ੍ਹ ਇੱਕ ਇੰਸੀਡੈਂਸ ਹੁੰਦਾ ਤੁਹਾਡੇ, ਹਾਂਜੀ ਰਿਸ਼ਤੇਦਾਰ ਤੁਹਾਡੇ ਇੱਕ ਇੰਸੀਡੈਂਸ ਹੁੰਦਾ ਕੱਲ੍ਹ ਮੰਦਭਾਗੀ ਘਟਨਾ ਆ, ਇੱਦਾਂ ਨਾਮ ਆ ਸ਼ਹਿਰ ਦੇ ਵਿੱਚ ਕਿ ਲੋਕਾਂ ਨੂੰ ਅਸੀਂ ਚੂਹੇ ਪਰੋਸਾਂਗੇ, ਇਹ ਤਾਂ ਗਲਤ ਗੱਲ ਹੈ, ਹਾਂਜੀ ਇਹ ਗਲਤ ਗੱਲ, ਸਾਜਿਸ਼ ਆਈ ਕੋਈ ਭਾਜੀ ਜੇ ਫੜੇ ਗਏ ਤਾਂ ਸਾਜਿਸ਼ ਨਾ ਫੜੇ ਜਾਂਦੇ? ਫੜੇ ਦੀ ਗੱਲ ਨਹੀਂ ਹੈਗੀ, ਪਹਿਲੀ ਗੱਲ ਤਾਂ ਦੇਖੋ ਪਲੇਟ ਦੇ ਵਿੱਚ 4 ਪੀਸ ਹੈ ਨਾ ਜੀ, ਜਿਹੜਾ ਬੰਦਾ ਅੰਦਰ ਬਣਾ ਰਿਹਾ ਸਪਲਾਈ ਕਰ ਰਿਹਾ ਉਹਨੂੰ ਇਹ ਨਹੀਂ ਪਤਾ ਵੀ ਚੂਹਾ ਪਾ ਰਿਹਾ ਨਹੀਂ ਪਾਇਆ? ਕੈਮਰੇ ਲੱਗੇ ਭਾਈ? ਕੈਮਰੇ ਨਾ ਲੱਗੇ ਹੁਣ, ਪਲੇਟ ਵੀ ਪਲੇਟ ਤੁਹਾਡੇ ਕੈਮਰੇ ਲੱਗੇ? ਕੈਮਰੇ ਖਰਾਬ ਕੈਮਰੇ ਹਰ ਇੱਕ ਲੱਗ ਰਿਹਾ ਜੀ। ਨਹੀਂ ਤੁਹਾਡੇ ਪਹਿਲਾਂ ਨਹੀਂ ਲੱਗੇ? ਜ਼ਿੰਮੇਦਾਰੀ ਨਹੀਂ ਏਡੇ ਬਣਾ ਬਾਕੀ? ਨਹੀਂ ਨਹੀਂ ਕੈਮਰੇ ਤਾਂ ਲੱਗੇ ਹੋਏ ਆ, ਬਟ ਕੈਮਰੇ ਲੱਗੇ ਹੋਏ ਆ ਬਟ ਉੱਪਰ ਹੋਰ ਬਣ ਰਿਹਾ, ਹਾਲ ਤਾਂ ਉਹ ਤਾਰਾ ਤੂਰਾ ਸਾਰੀ ਵੱਢੀਆਂ ਹੋਈਆਂ ਵੱਢੀਆਂ ਗਿਆ, ਥੱਲੇ ਦੇ ਕੈਮਰੇ ਜਦੋਂ ਪਹਿਲਾਂ ਚੱਲਦੇ ਸਕਰੀਨ ਚੱਲਦੀ ਹੁੰਦੀ ਸੀ ਲੋਕ ਇੱਕੋ ਹੀ ਆ ਜੀ। ਭਾਜੀ ਗੱਲ ਨੂੰ ਛੁਪਾਉਣ ਦੀ ਕੋਸ਼ਿਸ਼ ਨਾ ਕਰੋ, ਕੈਮਰੇ ਮੇਰੀ ਗੱਲ ਸੁਣੋ, ਤੁਹਾਡੇ ਕੈਮਰੇ ਲੱਗੇ ਆ, ਜੇ ਸਾਜਿਸ਼ ਆ ਉਸ ਬੰਦੇ ਦੀ, ਜੇ ਉਹ ਸਾਜਿਸ਼ ਉਸ ਬੰਦੇ ਦੀ ਸਾਜਿਸ਼ ਨਾਕਾਮ ਕਰੋ। ਦੇਖੋ ਜੇ ਪਲੇਟ 'ਚੋਂ ਪੀਸ ਨਿਕਲਦਾ ਸਾਫ਼ ਤਾਂ ਚੂਹਾ ਨਿਕਲਦਾ ਨਾ, ਜਦੋਂ ਆਪਾਂ ਗ੍ਰੇਵੀ ਦੇ ਪਾ ਦਿੰਦੇ ਹਾਂ ਕਿੰਨੀ ਸੋਫਟ ਸਕਿਨ ਹੈ ਉਹਦੀ ਜੀ, ਉਹਦਾ ਕੀ ਰਹਿ ਜੂਗਾ ਚੂਹੇ ਦੱਸੋ ਪਹਿਲਾਂ ਮੈਨੂੰ, ਚੂਹਾ ਸਾਫ਼ ਤਾਂ ਰਹਿ ਜੂਗਾ? ਵਿੱਚ ਨਹੀਂ ਗ੍ਰੇਵੀ ਲੱਗੀ ਸੀ? ਹਾਂਜੀ ਗ੍ਰੇਵੀ ਭੁੰਨਿਆ ਨਹੀਂ ਸੀ? ਨਹੀਂ ਨਹੀਂ ਬਿਲਕੁਲ, ਮੇਰੇ ਪੀਸ ਪਿਆ ਪੀਸ ਤੁਹਾਡੇ ਗ੍ਰੇਵੀ ਲੱਗ ਹੁੰਦੀ ਹੈ, ਗ੍ਰੇਵੀ ਲੱਗ ਹੁੰਦੀ ਹੈ, ਪੀਸ ਲੱਗ ਹੁੰਦੇ ਆ, ਉਹ ਆਈਟਮ ਪਿਆ ਤੁਸੀਂ ਰੱਖਿਆ? ਹਾਂਜੀ ਪਿਆ ਹੋਏਗਾ ਉੱਪਰ, ਮਾੜਾ ਦਿਖਾਓ ਜੋ ਤੁਸੀਂ ਸਬਜ਼ੀ ਜਦੋਂ ਬਣਾਉਂਦੇ ਆ, ਦੇਖੋ ਤੁਸੀਂ ਤਫਤੀਸ਼ ਕਰਾਉਣਾ ਚਾਹੁੰਦੇ ਹੋ ਨਾ ਵੀ ਕਿ ਤੁਹਾਡੇ ਨਾਲ ਸਾਜੂ ਹੈ? ਹਾਂਜੀ ਬਿਲਕੁਲ, ਦਿਖਾਓਗੇ ਬਣਾ? ਹਾਂ ਕੋਈ ਗੱਲ ਦਿਖਾ ਦੂੰ, ਉੱਪਰ ਹੈਗੇ ਬੰਦੇ ਆ ਜਾਓ, ਆ ਜਾਓ ਚਲੋ। ਸੋ ਦੇਖਦੇ ਹਾਂ ਕਿ ਵਾਕਈ ਸਾਜਿਸ਼ ਆ ਕਿ ਜਾਂ ਫਿਰ ਇੱਕ ਹੋਟਲ ਦੀ ਨਾਕਾਮੀ ਆ, ਜਿਹੜਾ ਆਪਣੇ ਆਪ 'ਚ ਇੱਕ ਬ੍ਰਾਂਡ ਆ ਜਿਹਦਾ ਨਾਮ ਆ ਪ੍ਰਕਾਸ਼ ਢਾਬਾ, ਜੋ ਕਿ ਆਪਣੇ ਆਪ ਦੇ ਵਿੱਚ ਇੱਕ ਬ੍ਰਾਂਡ ਆ ਜਿੱਥੇ ਲੋਕ ਪੋਸ਼ ਏਰੀਏ ਦੇ ਵਿੱਚੋਂ ਲੋਕ ਖਾਣ ਆਉਂਦੇ ਆ, ਅਤੇ ਉਸੇ ਅੱਜ ਪ੍ਰਕਾਸ਼ ਢਾਬੇ ਦੇ ਉੱਤੇ ਇੱਕ ਘਟਨਾ ਵਾਪਰਦੀ ਆ, ਇੱਕ ਚੂਹਾ ਨਿਕਲਦਾ ਆ। ਸੋ ਆਹ ਕਿਚਨ ਵੀ ਤੁਹਾਨੂੰ ਦਿਖਾ ਦਈਏ, ਇਹ ਕਿਚਨ ਆ, ਇਹ ਲਾਈਵ ਕਿਚਨ ਜਿਹਦੇ ਵਿੱਚ ਤੁਹਾਨੂੰ ਦਿਖਾ ਰਹੇ, ਜਿਹਦੇ ਵਿੱਚ ਸਾਰਾ ਸਮਾਨ ਬਣਦਾ ਆ, ਅਤੇ ਇਹੀ ਕਿਚਨ ਜਿਹੜਾ ਕਿ ਮੀਟ ਪਰੋਸਿਆ ਗਿਆ ਸੀ ਉਹਦੇ ਵਿੱਚ ਜਿਹੜਾ ਕਿ ਆ ਚੂਹਾ ਨਿਕਲਦਾ। ਭਾਈ ਹਾਜ਼ਰ ਦਿਖਾਓ, ਜਿਵੇਂ ਭਾਈ ਤੁਸੀਂ ਦੇਖ ਸਕਦੇ ਹੋ ਸਾਡੀ ਕਿਚਨ ਅਦਰੋ, ਤੁਹਾਨੂੰ ਜਿੱਥੋਂ ਸਾਡੀ ਸਰਵਿਸ ਕਾਊਂਟਰ ਹੈ, ਜਿੱਥੋਂ ਅਸੀਂ ਸਰਵ ਕਰਦੇ ਹਾਂ, ਜਿੱਥੋਂ ਗਾਹਕ ਪੈਕਿੰਗ ਲੈ ਕੇ ਜਾਂਦਾ, ਜਿੱਥੋਂ ਵੇਟਰ ਸਮਾਨ ਲੈ ਕੇ ਜਾਂਦਾ, ਸਾਡਾ ਸੈਕਸ਼ਨ ਆ ਜਿਵੇਂ ਵੈਜ ਦਾ ਸਮਾਨ ਤੁਹਾਡੇ ਸਾਹਮਣੇ ਸਾਰਾ ਭਾਜੀ ਲੱਗਿਆ ਹੋਇਆ, ਇੱਕ ਇੱਕ ਵੈਜ ਸੈਕਸ਼ਨ ਹੈ ਸਾਡਾ। ਹੁਣ ਆਪਾਂ ਗੱਲ ਕਰਦੇ ਜਿਵੇਂ ਨੋਨ ਵੈਜ ਦੀ ਜੀ, ਜਿਵੇਂ ਆ ਗਾਹਕ ਕਲੇਮ ਕਰ ਰਿਹਾ, ਜਿਵੇਂ ਮਟਨ ਦੇ ਪੀਸਿਸ ਤੁਸੀਂ ਦੇਖ ਰਹੇ ਹੋ ਲੱਖ ਪਏ ਆ ਜੀ ਜੀ। ਹੁਣ ਜਿਵੇਂ ਕੋਈ ਸਾਡਾ ਹਾਫ ਪਲੇਟ ਦਾ ਆਰਡਰ ਆਵੇ, ਮੈਂ ਲਾਈਕ ਕੋਈ ਕਸਟਮਰ ਕਹਿੰਦਾ ਜੀ ਮੈਨੂੰ ਕੋਠ ਦਾ ਪੀਸ ਚਾਹੀਦਾ, ਮੈਨੂੰ ਨਾਲ ਨਲਕੀ ਚਾਹੀਦੀ ਆ, ਓਕੇ ਹਾਫ 'ਚ ਸਾਡੇ 2 ਪੀਸ ਹੈ ਜੀ ਪੋਰਸ਼ਨ, ਇੱਦਾਂ ਕੋਈ ਸਾਨੂੰ ਕਹਿ ਦਿੰਦਾ ਕਿ ਫੁੱਲ ਆ, ਅਸੀਂ ਇੱਦਾਂ ਇੱਦਾਂ ਜਿੰਨੇ ਜਿੰਨੇ ਆਰਡਰ ਆਉਣਾ ਉਹਨਾਂ ਨੂੰ ਹੀ ਗਰਮ ਕਰਨਾ, ਇੱਦਾਂ ਅਸੀਂ ਪੀਸ ਪਾਉਣਾ, ਇੱਦਾਂ ਹੀ ਸਾਡੇ ਇੱਧਰ ਆਉਂਦੇ ਇਹ ਸਾਡੇ, ਜਿਵੇਂ ਇੱਧਰ ਗ੍ਰੇਵੀ ਪਈ ਆ ਮਲਾਈ ਵਾਲੀ, ਉਹ ਮਲਾਈ ਜਿਵੇਂ ਹੁਣ ਕੋਈ ਮੀਟ ਕਰੀ ਜਿਵੇਂ ਸਾਡੀਆਂ ਆਈਟਮਾਂ ਨੇ, ਇੱਦਾਂ ਹੀ ਅਸੀਂ ਇਹ ਤਰੀ ਪਾ ਦੇਣੀ ਆ, ਇਹਨੂੰ ਗਰਮ ਕਰਕੇ ਅਸੀਂ ਰੈਡੀ ਟੂ ਸਰਵ ਆ ਸਾਡੀ, ਬਿਲਕੁਲ। ਤੁਸੀਂ ਆਪ ਸੋਚੋ ਜਿਵੇਂ ਹੁਣ ਇਹ ਕੜਛੀ ਆ, ਇਹ ਕੜਛੀ 'ਚ ਬੰਦੇ ਨੂੰ ਪੀਸ ਨਜ਼ਰ ਨਹੀਂ ਆਏਗਾ, ਇੱਕ ਕੜਛੀ ਮੈਂ ਕਹਿੰਦਾ 2 ਪੀਸ ਤੁਸੀਂ ਇਕੱਠੇ ਪਾ ਕੇ ਵੀ ਦਿਖਾ ਦਿਓ ਜੀ, ਤੁਸੀਂ ਪਾਉਂਦੇ ਪਾਉਂਦੇ ਗਿਰ ਜੂਗੇ, ਇੱਕ ਟਾਈਮ 'ਤੇ ਇੱਕ ਪੀਸ ਹੀ ਕੜਛੀ 'ਚ ਪਾ ਸਕਦੇ ਹੋ, ਤੁਸੀਂ ਆਹ ਦੇਖ ਸਕਦੇ ਹੋ ਕਿਚਨ ਸਾਰੀ ਸਾਫ਼ ਹੈ, ਕੋਈ ਇਹਦੇ 'ਚ ਜਿਵੇਂ ਕਿਹਾ ਜਾ ਰਿਹਾ ਕੋਈ ਚੂਹੇ ਦਾ ਵਗੈਰਾ ਦਿਖਣ ਦਾ ਕੋਈ ਹੈ ਨਹੀਂ, ਬਾਕੀ ਦੇਖ ਸਕਦੇ ਹੋ ਤੁਸੀਂ ਭਾਂਡੇ ਕਲੀਨ ਆ, ਸਾਰਾ ਕੁਛ ਕਲੀਨ ਹੈ, ਸਾਰੇ ਮਸਾਲੇ ਵਗੈਰਾ ਕੋਈ ਜਿਵੇਂ ਡਸਟਿੰਗ ਹੁੰਦੀ ਆ ਉਸ ਤਰ੍ਹਾਂ ਦਾ ਕੁਛ ਨਹੀਂ ਹੈ, ਕਿਚਨ ਬਿਲਕੁਲ ਕਲੀਅਰ ਹੈ। ਹੁਣ ਇਹ ਮਾਮਲਾ ਰੰਜਿਸ਼ ਦਾ ਜਾਂ ਕਿਸ ਤਰ੍ਹਾਂ, ਇਹ ਤੁਸੀਂ ਆਪ ਦੇਖ ਕੇ ਡਿਸਾਈਡ ਕਰ ਸਕਦੇ ਹੋ।
ਸੋ ਪ੍ਰਕਾਸ਼ ਹੋਟਲ ਦੇ ਮਾਲਕ ਸਾਡੇ ਨਾਲ ਬੈਠੇ ਗੱਲ ਕਰ ਰਹੇ। ਬਾਈ ਜੀ, ਇੱਕ ਮਾਮਲਾ ਆਇਆ ਸਾਹਮਣੇ ਕਿ ਇੱਕ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਤੁਹਾਡੇ ਮਟਨ ਦੇ ਵਿੱਚ ਚੂਹਾ ਨਿਕਲਿਆ, ਕਿੱਦਾਂ ਦੇ ਦਿਓ ਗੱਲ? ਸਰ ਐਕਚੁਲੀ ਇਹ ਗੱਲ ਅੱਜ ਦੀ ਨਹੀਂ ਹੈ, ਕੱਲ੍ਹ ਦੀ ਨਹੀਂ ਹੈ, ਇਹ ਗੱਲ ਢਾਈ ਤਿੰਨ ਮਹੀਨੇ ਪਹਿਲਾਂ ਦੀ, ਤਿੰਨ ਸਾਢੇ ਤਿੰਨ ਮਹੀਨੇ ਪਹਿਲਾਂ ਦੀ ਹੈ। ਇਹ ਕਸਟਮਰ ਆਏ ਸੀ, ਇੱਦਾਂ ਮੁੰਡਿਆਂ ਖੁੰਡਿਆਂ ਨਾਲ ਆਏ ਸੀ, ਖਾਣਾ ਖਾਧਾ, ਖਾਣੇ ਦੀ ਤਰੀ ਕਰਕੇ ਵੇਟਰ ਨਾਲ ਥੋੜ੍ਹਾ ਜਿਹਾ ਉੱਚੀ ਨਹੀਂ ਵੀ ਗੱਲ ਹੋਈ। ਬਾਅਦ 'ਚੋਂ ਜਦੋਂ ਗਏ ਆ ਕੈਸ਼ ਕਾਊਂਟਰ 'ਤੇ, ਮੈਨੇਜਰ ਨਾਲ ਲੈੱਸ ਬਾਰੇ ਗੱਲ ਹੋਈ ਵੀ ਲੈੱਸ ਦਿਓ ਮੈਨੂੰ, ਉਹ ਮੁੰਡਾ ਕਹਿੰਦਾ ਸਾਡੇ ਕੋਲ ਪਾਵਰ ਨਹੀਂ ਹੈਗੀ ਸਰ, ਤੁਸੀਂ ਮਾਲਕਾਂ ਨਾਲ ਗੱਲ ਕਰ ਲਓ, ਅਸੀਂ ਲੈੱਸ ਕਰ ਦਾਂਗੇ ਜੋ ਨਾ ਕਰਾਂਗੇ। ਉਹ ਕਹਿੰਦਾ ਮੇਰੇ ਕੋਲ ਇੰਨੀ ਕੀ ਪਾਵਰ ਹੈ, ਮੈਂ ਇੰਨੀ ਕਰ ਸਕਦਾ। ਬਸ ਉਹ ਇਸ ਗੱਲ ਦੀ ਖੁੰਦਾ ਖਾ ਕੇ ਉਹਨਾਂ ਕਹਿ ਕੇ ਗਏ ਆ ਵੀ ਤੁਸੀਂ ਕੋਈ ਗੱਲ ਨਹੀਂ, ਤੁਹਾਨੂੰ ਦੇਖ ਲਵਾਂਗੇ, ਤੁਹਾਨੂੰ ਅਸੀਂ ਦੱਸਾਂਗੇ ਕੀ ਚੀਜ਼ ਹੈ ਜੀ। ਅਤੇ ਕੱਲ੍ਹ ਉਹ ਸਰ ਉਹ ਫੈਮਿਲੀ ਨਾਲ ਆਏ ਆ, ਸਾਨੂੰ ਇਹ ਗੱਲ ਬਾਅਦ 'ਚ ਪਤਾ ਲੱਗੀ ਜਦੋਂ ਵਾਪਸੀ ਗਏ ਆ, ਅਤੇ ਸਾਨੂੰ ਸਾਡੇ ਮੈਨੇਜਰ ਨੇ ਦੱਸਿਆ ਕਿ ਉਹੀ ਬੰਦਾ ਆ ਜਿਹੜੇ ਤਿੰਨ ਸਾਢੇ ਤਿੰਨ ਮਹੀਨੇ ਪਹਿਲਾਂ ਇਹ ਗੱਲ ਕਹਿ ਕੇ ਗਏ ਸੀ। ਉਸ ਵੇਲੇ ਤੁਸੀਂ ਮੈਨੇਜਰ ਕੋਲ ਕੰਪਲੇਂਟ ਨਹੀਂ ਕਰਾਈ ਜਿਹੜਾ ਧਮਕੀ ਦੇ ਗਏ? ਸਰ ਦੇਖੋ, ਸਾਡੇ ਰੋਜ਼ ਕਿੰਨਾ ਬੰਦਾ ਰੋਜ਼ ਪਬਲਿਕ ਆਉਂਦੀ ਹੈ ਜਾਂਦੀ ਹੈ ਸਰ, ਕਈ ਬੰਦਾ ਗੁੱਸਾ ਕਰ ਜਾਂਦਾ ਕੁਛ, ਅਸੀਂ ਤਾਂ ਆਉਂਦੇ ਨਹੀਂ ਸਰ, ਸਾਡੇ ਹੋਰ ਵੀ ਕਈ ਬ੍ਰਾਂਚਿਸ ਆ, ਅਸੀਂ ਇੱਧਰ ਉੱਧਰ ਗੇੜਾ ਮਾਰਦੇ ਰਹਿੰਦੇ ਹਾਂ, ਜਿੱਧਰ ਕੋਈ ਪ੍ਰੋਬਲਮ ਹੈ ਉੱਧਰ ਜਾਂਦੇ। ਤੁਹਾਡੇ ਦੇ CCTV ਦੇ ਵਿੱਚ ਕੁਛ ਆਇਆ ਦੇਖਿਆ? ਸਰ ਐਕਚੁਲੀ ਸਾਡੇ ਨਾ ਇਹ ਫਸਟ ਫਲੋਰ ਆ ਔਰ ਸੈਕਿੰਡ ਫਲੋਰ 'ਤੇ ਨਾ ਕੰਸਟਰਕਸ਼ਨ ਚੱਲ ਰਹੀ ਹੈ, ਅਤੇ ਉਸ ਕਰਕੇ ਨਾ ਸਾਰੀ ਭੰਨ ਤੋੜ ਹੋਈ ਹੋਈ ਹੈ, ਅਤੇ CCTV ਦੇ ਕੈਮਰਾ ਕੱਟ ਹੋਏ ਹੈ, ਅਤੇ ਸੈਚਰਡੇ ਸੰਡੇ ਕਰਕੇ ਬੰਦਾ ਆ ਨਹੀਂ ਪਾਇਆ, ਇਸ ਕਰਕੇ CCTV ਵਰਕਿੰਗ ਨਹੀਂ ਹੈ। ਸੋ ਹੁਣ ਤੁਹਾਡੇ ਲੋਕ ਕੀ ਕਰਵਾਏਗੀ? ਤੁਸੀਂ ਦੱਸ, ਪਤਾ ਲੱਗਿਆ ਕਿ ਇੱਥੇ ਪਹੁੰਚੇ ਅਸੀਂ ਵੀ ਜਿਹੜੇ ਤੁਹਾਡੇ ਸਾਰੇ ਐਸੋਸੀਏਸ਼ਨ ਵਾਲੇ ਕਹਿੰਦੇ ਰਿਪੋਰਟ ਦਿਖਾਉਣਗੇ? ਹਾਂਜੀ ਸਰ, ਅਸੀਂ ਰਿਪੋਰਟ ਲਿਖਾ ਰਹੇ ਹਾਂ, ਅਤੇ ਜਲਦੀ ਤੋਂ ਜਲਦੀ ਸਰ ਉਹ ਬੰਦੇ ਦੀ ਤਲਾਸ਼ ਕੀਤੀ ਜਾਵੇਗੀ। ਕੀ ਉਸ ਬੰਦੇ ਦੀ ਤਲਾਸ਼ ਕੀਤੀ ਜਾਵੇਗੀ? ਹਾਂਜੀ, ਕਿ ਜਿਹਨੇ ਗਲਤ ਕੰਮ ਕੀਤਾ। ਬਿਲਕੁਲ, ਪਰ ਇੱਦਾਂ ਲੱਗਦਾ ਕਿ ਇੱਦਾਂ ਦੇ ਨਾਮੀ ਰੈਸਟੋਰੈਂਟ ਵਿੱਚ ਇੱਦਾਂ ਕਿ ਬੰਦੇ ਸ਼ਰਤ ਕਰ ਸਕਦਾ? ਸਰ ਦੇਖੋ, ਸਾਡਾ ਢਾਬਾ 1968 ਤੋਂ ਰਨ ਕਰ ਰਿਹਾ ਜੀ, ਲਗਭਗ 54 ਸਾਲ ਹੋ ਗਏ ਸਰ, 54 ਸਾਲ 'ਚ ਅੱਜ ਤੱਕ ਇਹੋ ਜਿਹੀ ਕਦੀ ਕੰਪਲੇਂਟ ਆਈ ਨਹੀਂ। ਔਰ ਦੇਖੋ ਸਰ, ਸਾਰੇ ਮਤਲਬ 54 ਸਾਲ ਤੋਂ ਅਸੀਂ ਛੋਟੇ ਢਾਬੇ ਨੂੰ ਇੰਨਾ ਵੱਡਾ ਕੀਤਾ, ਇਹ ਲੋਕਾਂ ਦੇ ਪਿਆਰ, ਲੋਕਾਂ ਦੇ ਵਿਸ਼ਵਾਸ ਨਾਲ ਬਣਿਆ। ਇਹ ਕੋਈ ਇੱਕ ਆਈਟਮ ਬਣਾਉਣ ਨਾਲ ਇਕੱਲੇ ਸਾਡੇ ਨਾਲ ਨਹੀਂ ਬਣਿਆ ਜੀ, ਇਹ ਸਾਰਿਆਂ ਦਾ ਪਿਆਰ ਸੀ, ਸਦਕਾ ਸੀ, ਇੱਥੇ ਤੱਕ ਪਹੁੰਚੇ। ਇਸ ਤੋਂ ਬਾਅਦ ਪਿਆਰ ਲੋਕਾਂ ਨੇ ਦਿੱਤਾ, ਅਸੀਂ ਅਲੱਗ ਅਲੱਗ ਏਰੀਏ 4 ਦੁਕਾਨਾਂ ਹੋਰ ਖੋਲੀਆਂ। ਸੋ ਹੁਣ ਤੁਹਾਡੇ ਵੱਲੋਂ ਉਸ ਸ਼ਖਸ 'ਤੇ ਕੰਪਲੇਂਟ ਦਿੱਤੀ ਗਈ ਹੈ ਵੀ ਇਹਨੇ ਬਾਏ ਰੰਜਿਸ਼ ਤੁਹਾਡੀ ਦੁਕਾਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਸਾਡਾ ਨਾਮ ਬਦਨਾਮ ਕਰਨ ਲਈ ਇਹਨੇ ਸਾਰੀ ਸਾਜ਼ਿਸ਼ ਕੀਤੀ ਹੈ। ਸੋ ਦੱਸ ਦਈਏ ਕਿ ਉਹਨੇ ਜਿਹੜਾ ਕਿ ਪ੍ਰਕਾਸ਼ ਢਾਬੇ ਦੇ ਮਾਲਕ ਨਾਲ ਸੀ ਇੱਥੇ ਆ ਕੇ ਹੋਰ ਵੀ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਈਆਂ ਨੇ ਕੈਮਰੇ ਮੂਹਰੋਂ ਆਉਣ ਤੋਂ ਮਨਾ ਕਰਤਾ। ਪਰ ਜਿੱਥੇ ਤੱਕ ਦੱਸਿਆ ਜਾ ਰਿਹਾ ਕਿ ਮਾਮਲਾ ਰੰਜਿਸ਼ ਦਾ ਆ, ਸਾਜ਼ਿਸ਼ ਦਾ ਆ ਕਿ 3 ਮਹੀਨੇ ਪਹਿਲਾਂ ਇੱਕ ਸ਼ਖਸ ਇੱਥੇ ਆਉਂਦਾ ਆ ਤਾਂ ਕਿਤੇ ਨਾ ਕਿਤੇ ਉਹਦੀ ਬਹਿਸਬਾਜ਼ੀ ਹੋ ਜਾਂਦੀ ਹੈ ਵੇਟਰ ਨਾਲ, ਪਰ ਉਸ ਤੋਂ ਬਾਅਦ ਗੱਲ ਧਮਕੀਆਂ ਦੇ ਉੱਤਰ ਆਉਂਦੀ ਆ। ਪਰ 3 ਮਹੀਨੇ ਬਾਅਦ ਜਦੋਂ ਮਨ 'ਚੋਂ ਗੱਲ ਨਿਕਲ ਜਾਂਦੀ ਆ ਜਾਂ ਜਿਹੜਾ ਵਪਾਰੀ ਹੁੰਦਾ ਉਹ ਕਿਸੇ ਨਾਲ ਲੜਦਾ ਝਗੜਦਾ ਨਹੀਂ, ਇੱਦਾਂ ਦੀ ਗੱਲ ਨਿਕਲ ਜਾਂਦੀ ਆ ਅਤੇ ਆ ਕੇ ਸ਼ਾਇਦ ਰੰਜਿਸ਼ ਉਹਨਾਂ ਨੇ ਕੰਮ ਕੀਤਾ। ਪਰ ਮਾਮਲਾ ਫਿਰ ਵੀ ਕਿਤੇ ਨਾ ਕਿਤੇ ਤਫਤੀਸ਼ ਦਾ ਆ, ਕਿਉਂਕਿ ਜੇ ਕਿਸੇ ਨੇ ਵੀ ਇਹਨਾਂ ਦੇ ਵਰਕਰ ਨੇ ਵੀ ਅਣਗਹਿਲੀ ਕੀਤੀ ਆ ਤਾਂ ਇੱਕ ਅੱਡੇ ਬ੍ਰਾਂਡ ਨੂੰ, ਇੱਕ ਨਾਮ ਨੂੰ ਧੱਬਾ ਲਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਦੇਖਦੇ ਹਾਂ ਇਸ ਮਾਮਲੇ ਵਿੱਚ ਜਿਹੜਾ ਕੀ ਮੋੜ ਆਉਂਦਾ, ਉਸ ਸ਼ਖਸ ਦੇ ਉੱਤੇ ਕੀ ਕਾਰਵਾਈ ਬਣਦੀ ਹੈ, ਜਾਂ ਉਹ ਸ਼ਖਸ ਇਹਦੇ ਵਿੱਚ ਇਨਵੋਲਵ ਹੈ ਵੀ ਹੈ ਕਿ ਨਹੀਂ ਹੈ, ਵੀ ਆ ਮਾਮਲਾ ਅੱਗੇ ਅੱਗੇ ਨਜ਼ਰ ਆਏਗਾ। ਸੋ ਨਵੀਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ, ਦੇਖਦੇ ਰਹੋ ਪ੍ਰਾਈਮ ਨਿਊਜ਼ ਚੈਨਲ। ਕੈਮਰਾਮੈਨ ਰੋਹਿਤ ਦੇ ਨਾਲ ਮਨੋਜ ਜੀ ਦਾ।